ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤ ਵਰਦੀ ਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਅਸੀਂ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਲੋਕ ਕੀ ਬੋਲਦੇ ਨੇ ਉਹ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅੱਜ ਗੱਲ ਕਰਾਂਗੇ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ। ਇਹ ਗੱਲ ਇਸ ਕਰਕੇ ਕਿਉਂਕਿ ਪਾਕਿਸਤਾਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ। ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਜਿਹੜੀ ਹੈ ਸਹੁੰ ਚੁੱਕ ਲਈ ਹੈ ਤੇ ਇਮਰਾਨ ਖਾਨ ਦੀ ਜੇਕਰ ਗੱਲ ਕਰੀਏ, ਖਿਡਾਰੀ ਸੀਗੇ, ਖਿਡਾਰੀ ਤੋਂ ਬਾਅਦ ਹੁਣ ਜਿਹੜੇ ਸਿਆਸਤ 'ਚ ਆਏ ਤੇ ਪ੍ਰਧਾਨ ਮੰਤਰੀ ਬਣ ਗਏ। ਵੱਡੇ ਵੱਡੇ ਦਾਅਵੇ ਬਹੁਤ ਕੀਤੇ ਨੇ ਇਮਰਾਨ ਖਾਨ ਨੇ ਕਿ ਰਿਸ਼ਤੇ ਜਿਹੜੇ ਆ ਉਹ ਸਾਰੇ ਹੀ ਦੇਸ਼ਾਂ ਦੇ ਨਾਲ ਸੁਧਾਰੇ ਜਾਣਗੇ। ਭਾਰਤ ਦਾ ਵੀ ਜ਼ਿਕਰ ਕੀਤਾ ਕਿ ਭਾਰਤ ਦੇ ਨਾਲ ਜਿਹੜਾ ਹੈ ਉਹ ਚੰਗੇ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਤੇ ਉਸ ਤੋਂ ਵੀ ਵੱਡੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਕੈਬਨਿਟ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਹੋਏ ਨੇ। ਸੋ ਪੰਜਾਬ ਦੇ ਲੋਕਾਂ ਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਹੱਥ ਵਧਾਇਆ ਹੈ ਨਵਜੋਤ ਸਿੰਘ ਸਿੱਧੂ ਨੇ ਤੇ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਰਿਸ਼ਤੇ ਜਿਹੜੇ ਆ ਇਮਰਾਨ ਖਾਨ ਦੇ ਆਉਣ ਦੇ ਨਾਲ ਕਿੰਨੇ ਕੁ ਸੁਖਾਲੇ ਹੋਣਗੇ, ਕੀ ਫਰਕ ਪਵੇਗਾ, ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਘੱਟ ਕਰੇਗਾ ਜਾਂ ਨਹੀਂ, ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਬਿਰਮਪਾਲ। ਅੱਜ ਪਾਕਿਸਤਾਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਇਮਰਾਨ ਖਾਨ, ਸੋ ਕੀ ਲੱਗਦਾ ਹੈ ਕਿ ਹੁਣ ਪਾਕਿਸਤਾਨ ਜਿਹੜਾ ਹੈ ਉਹ ਭਾਰਤ ਦੇ ਪ੍ਰਤੀ ਕੁਝ ਰੁਖ ਚੇਂਜ ਹੋਵੇਗਾ ਉਹਦਾ? ਨਹੀਂ ਹੋਏਗਾ। ਨਹੀਂ ਹੋਏਗਾ? ਕਿਉਂ ਇਦਾਂ ਲੱਗ ਰਿਹਾ ਤੁਹਾਨੂੰ? ਉਹ ਪਹਿਲੇ ਤਾਂ ਹੀ ਵਿਰੋਧ ਦੇ ਵਿੱਚ ਆ, ਇਸ ਲਈ ਉਹ ਦੋਸਤੀ ਨਹੀਂ ਕਰੇਗਾ। ਇਮਰਾਨ ਖਾਨ ਦੀ ਜੇਕਰ ਗੱਲ ਕਰੀਏ ਤੇ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਨਾਲ ਚੰਗੇ ਸੰਬੰਧ ਬਣਾਏ ਜਾਣਗੇ। ਦਾਅਵਾ ਕਰਦੇ ਰਹੇ ਆ, ਹੁਣ ਵੀ ਦਾਅਵਾ ਕਰਦੇ ਆ ਤੇ ਹੁਣ ਗੱਲ ਕਰੀਏ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਕੈਬਨਿਟ ਮੰਤਰੀ ਨੇ ਤੇ ਉੱਥੇ ਗਏ ਹੋਏ ਨੇ ਉਹ ਸਹੁੰ ਚੁੱਕ ਸਮਾਗਮ ਦੇ ਵਿੱਚ, ਕੀ ਸਿੱਧੂ ਜਾਣਾ ਸਹੀ ਹੈ ਜਾਂ ਗਲਤ? ਉਹ ਠੀਕ ਹੈ, ਗਏ ਹੋਏ ਆ, ਅੱਛੀ ਬਾਤ ਹੈ। ਨਹੀਂ ਸੁਧਰੇਗਾ ਪਾਕਿਸਤਾਨ, ਇਹਨਾਂ ਨੂੰ ਤਾਂ ਇਹ ਲੱਗਦਾ ਹੈ ਕਿ ਬੇਸ਼ੱਕ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਵੀ ਗਏ ਨੇ, ਨਵਾਂ ਪ੍ਰਧਾਨ ਮੰਤਰੀ ਵੀ ਮਿਲ ਗਿਆ, ਪਰ ਪਾਕਿਸਤਾਨ ਜਿਹੜਾ ਨਹੀਂ ਸੁਧਰੂਗਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ? ਸੁਰੇਸ਼ ਜੈਟਲੀ। ਸੁਰੇਸ਼ ਜੀ, ਪਾਕਿਸਤਾਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ, ਕੀ ਲੱਗਦਾ ਹੈ ਹੁਣ ਕੁਝ ਬਦਲਾਵ ਆਵੇਗਾ? ਦੇਖੋ, ਪਾਕਿਸਤਾਨ ਨੂੰ ਭਾਵੇਂ ਇੱਕ ਤੋਂ ਬਾਅਦ ਇੱਕ ਜਿੰਨੇ ਮਰਜ਼ੀ ਪ੍ਰਧਾਨ ਮੰਤਰੀ ਆ ਜਾਣ ਨਵੇਂ, ਮਗਰ ਹਿੰਦੁਸਤਾਨ ਦੇ ਪ੍ਰਤੀ ਉਹਦਾ ਰਵੱਈਆ ਨਹੀਂ ਠੀਕ ਹੋ ਸਕਦਾ। ਇਹਦੀ ਕੁਝ ਫਾਊਂਡੇਸ਼ਨ ਹੀ ਇਹੋ ਜਿਹੀ ਹੈ। ਅਗਰ ਨਵਜੋਤ ਸਿੰਘ ਸਿੱਧੂ ਗਏ ਹੈ ਤੇ ਉਹਨਾਂ ਦੀ ਪਰਸਨਲ ਗੱਲ ਹੈਗੀ ਹੈ ਕਿ ਹਾਂ ਕਿ ਮੈਂ ਕਰ ਲਾਂਗਾ, ਉਹ ਨਹੀਂ ਕਰ ਸਕਦੇ। ਉੱਥੇ ਸਭ ਕੁਛ ਜਰਨਲ ਨੇ ਕਰਨਾ ਜੋ ਕੁਛ ਕਰਨਾ ਹੈ, ਤੇ ਇਸ ਕਰਕੇ ਉਹ ਵੀ ਕੁਛ ਨਹੀਂ ਕਰ ਸਕਦੇ। ਚਲੇ ਗਏ, ਕੋਈ ਗੱਲ ਨਹੀਂ, ਇੱਕ ਸਪੋਰਟਸਮੈਨ ਦੀ ਸਪਿਰਿਟ ਸੀਗੀ, ਉਹ ਚਲੀ ਗਈ ਉਹਨਾਂ ਦੇ ਪਾਸੇ, ਬਾਕੀ ਇਹ ਉਹਨਾਂ ਦੇ ਹੱਥ ਕੁਛ ਨਹੀਂ। ਦੇਖੋ, ਨਵਜੋਤ ਸਿੰਘ ਸਿੱਧੂ ਕੀ ਕਰੇਗਾ? ਬੀਜੇਪੀ ਸੀ ਤੇ ਉਹਦੀਆਂ ਗੱਲਾਂ ਹੋਰ ਹੁੰਦੀਆਂ ਸੀ, ਅੱਜ ਕਾਂਗਰਸ ਆ, ਗੱਲਾਂ ਹੋਰ ਹੁੰਦੀਆਂ। ਇਹ ਰਾਜਨੀਤੀ ਹੈ ਜਿਹੜੀ, ਇਹ ਅਲੱਗ ਚੀਜ਼ ਹੈ। ਬਾਕੀ ਪਾਕਿਸਤਾਨ ਦਾ ਸੁਧਾਰ ਨਹੀਂ ਕੋਈ ਕਰ ਸਕਦਾ ਮੇਰੇ ਖਿਆਲ, ਜੇ ਉੱਪਰੋਂ ਕੋਈ ਦੇਵੀ ਦੇਵਤਾ ਵੀ ਆ ਜਾਏ ਉਹ ਵੀ ਨਹੀਂ ਕਰ ਸਕਦਾ। ਇਮਰਾਨ ਖਾਨ ਨੇ ਦਾਅਵਾ ਤਾਂ ਬੜਾ ਕੀਤਾ ਸੀ ਕਿ ਜਿੱਥੇ ਉਹ ਨਵਾਂ ਬਿਜ਼ਨਸ ਖੋਲਣਗੇ ਇੱਥੇ, ਆਪਣੇ ਕਹਿੰਦੇ ਸੀਗੇ ਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੁਧਾਰਾਂਗਾ, ਤੇ ਭਾਰਤ ਦੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਕਿ ਭਾਰਤ ਵੀ ਜੇਕਰ ਹੱਥ ਵਧਾਵੇ ਤੇ ਅਸੀਂ ਵੀ ਤਿਆਰ ਹਾਂ। ਗੱਲ ਹੈ ਭਾਈ ਜੀ, ਦੇਖੋ, ਅਗਰ ਦਾਅਵੇ ਨਾ ਕਰੇ ਕੋਈ ਮੰਤਰੀ ਜਾਂ ਕੋਈ ਲੀਡਰ, ਤੇ ਉਹ ਫਿਰ ਲੀਡਰ ਬਣ ਹੀ ਨਹੀਂ ਸਕਦਾ, ਨਾ ਉਹ ਮੰਤਰੀ ਬਣ ਸਕਦਾ। ਦਾਅਵੇ ਜ਼ਰੂਰ ਕੀਤੇ ਜਾਂਦੇ, ਪਰ ਉਹ ਦਾਅਵੇ ਪੂਰੇ ਨਹੀਂ ਕੀਤੇ ਜਾਂਦੇ। ਸੋ ਬਿਲਕੁਲ, ਇਹਨਾਂ ਨੇ ਇੱਕ ਬਹੁਤ ਸਹੀ ਗੱਲ ਕਹੀ ਹੈ ਕਿ ਦਾਅਵੇ ਕਰਨਾ ਜਿਹੜਾ ਹੈ ਉਹ ਰਾਜਨੀਤੀ ਦਾ ਇੱਕ ਕਰਮ ਜਿਵੇਂ ਕਹਿ ਸਕਦੇ ਹਾਂ ਕਿ ਬਣ ਗਿਆ, ਕਿ ਦਾਅਵੇ ਕਰਨਾ ਜ਼ਰੂਰੀ ਹੁੰਦਾ ਹੈ, ਹਰ ਕੋਈ ਦਾਅਵੇ ਕਰਦਾ ਹੈ, ਪਰ ਉਹ ਦਾਅਵੇ ਜਿਹੜੇ ਉਹਦੀ ਜ਼ਮੀਨੀ ਹਕੀਕਤ ਮੇਲ ਖਾਂਦੀ ਹੈ ਜਾਂ ਨਹੀਂ, ਇਹ ਸਮਾਂ ਹੀ ਦੱਸਦਾ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ? ਵੇਦਪਾਲ। ਵੇਦਪਾਲ ਜੀ, ਕੀ ਲੱਗਦਾ ਹੈ ਕਿ ਪਾਕਿਸਤਾਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲਣ ਤੋਂ ਬਾਅਦ ਵੀ ਕੁਝ ਬਦਲਾਵ ਆਵੇਗਾ? ਨਹੀਂ ਆਵੇਗਾ। ਪਾਕਿਸਤਾਨ ਤੋਂ ਪਹਿਲੇ ਤਾਂ ਹਰਕਤ ਕਰਤਾ ਹੈ, ਪੀਠ ਪਿੱਛੇ ਸਿਰਾ ਘੋਸ ਪਤਾਇਆ ਹੈ, ਕਹਿਤਾ ਜੀ ਮੈਂ ਕਰੂੰਗਾ ਸੁਧਾਰਾਂ, ਪਰ ਨਹੀਂ ਸੁਧਾਰਤਾ, ਪਿੱਛੇ ਤਾਂ ਫਿਰ ਵਾਰ ਕਰਤਾ ਹੈ। ਲੱਗਦਾ ਹੈ ਕਿ ਨਵਾਂ ਪ੍ਰਧਾਨ ਮੰਤਰੀ ਮਿਲਣ ਦੇ ਨਾਲ ਵੀ ਨਵਾਂ ਕੁਝ ਨਹੀਂ ਹੋਵੇ? ਨਹੀਂ, ਕੁਝ ਨਹੀਂ ਹੋਵੇ। ਨੌਜਵਾਨ ਪੀੜ੍ਹੀ ਸਾਡੇ ਨਾਲ ਬੈਠੀ ਹੈ, ਯੂਥ ਦਾ ਵੀ ਜਿਹੜਾ ਵਿਚਾਰ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ। ਕੀ ਨਾਮ ਹੈ? ਅਨਿਲ ਕੁਮਾਰ ਹੈ। ਅਨਿਲ, ਅੱਜ ਪਾਕਿਸਤਾਨ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ, ਪਤਾ ਹੈ ਇਮਰਾਨ ਖਾਨ ਨੇ ਅੱਜ ਸਹੁੰ ਚੁੱਕ ਲਈ ਹੈ, ਸੋ ਕੀ ਲੱਗਦਾ ਹੈ ਕਿ ਨਵਾਂ ਪ੍ਰਧਾਨ ਮੰਤਰੀ ਮਿਲਣ ਦੇ ਨਾਲ ਕੁਝ ਨਵਾਂ ਹੋਵੇਗਾ, ਭਾਰਤ ਪਾਕਿਸਤਾਨ ਦੇ ਰਿਸ਼ਤਿਆਂ 'ਚ ਸੁਧਾਰ ਆਵੇਗਾ? ਨਹੀਂ ਜੀ, ਨਹੀਂ ਲੱਗਦਾ ਕੁਝ ਸੁਧਾਰ ਹੋ ਪਾਏਗਾ, ਕਿਉਂਕਿ ਕਾਫੀ ਟਾਈਮ ਸੇ ਐਸਾ ਚੱਲ ਰਿਹਾ ਹੈ ਔਰ ਸੁਧਾਰ ਮੁਸ਼ਕਿਲ ਹੈ, ਨਹੀਂ ਹੋ ਸਕਦਾ। ਹਾਂਜੀ, ਦਿਨੇਸ਼ ਕੁਮਾਰ, ਮੈਂ ਇਹ ਬੋਲੂੰਗਾ ਕਿ ਪਾਕਿਸਤਾਨ ਜੋ ਨਵਾਂ ਪ੍ਰਧਾਨ ਮੰਤਰੀ ਹੈ, ਵੈਸੇ ਪਾਕਿਸਤਾਨ ਮੈਂ ਕੋਈ ਸੁਧਾਰ ਨਹੀਂ ਹੋ ਪਾਏਗਾ, ਨਾ ਹੋ ਪਾਏਗਾ ਨਾ ਅੱਗੇ ਹੋ ਪਾਏਗਾ ਸੁਧਾਰ ਇਸਕਾ, ਕਿਉਂਕਿ ਪਾਕਿਸਤਾਨ ਪਹਿਲੇ ਵੀ ਗੱਦਾਰ ਤਾਂ ਅਭੀ ਵੀ ਗੱਦਾਰ ਔਰ ਆਉਣ ਵਾਲੇ ਟਾਈਮ ਮੈਂ ਵੀ ਗੱਦਾਰ ਹੈ ਪਾਕਿਸਤਾਨ, ਬਸ ਇਹ ਕਹਿਣਾ ਚਾਹੂੰਗਾ। ਕੀ ਲੱਗਦਾ ਕਿ ਬੇਸ਼ੱਕ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ ਪਰ ਪਾਕਿਸਤਾਨ ਹਰਕਤਾਂ ਇਸੇ ਤਰ੍ਹਾਂ ਜਾਰੀ ਰੱਖੇਗਾ? ਹਾਂ, ਇਸੇ ਤਰ੍ਹਾਂ ਜਾਰੀ ਰੱਖੇਗਾ ਹਰਕਤ ਪਾਕਿਸਤਾਨ, ਨਹੀਂ ਸੁਧਰੇ। ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ ਜੀ? ਹਰਪਾਲ। ਹਰਪਾਲ ਜੀ, ਇੱਥੇ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਪਾਕਿਸਤਾਨ ਨੂੰ ਬੇਸ਼ੱਕ ਪ੍ਰਧਾਨ ਮੰਤਰੀ ਨਵਾਂ ਮਿਲ ਗਿਆ ਪਰ ਆਦਤਾਂ ਉਹੀ ਰਹਿਣਗੀਆਂ ਪੁਰਾਣੀਆਂ ਵਾਲੀਆਂ, ਤੁਹਾਨੂੰ ਕੀ ਲੱਗਦਾ ਹੈ?
मेरे को भी यही लगता जी, वो कभी सुधरने वाले नहीं है। मैंने सुना था भी कुछ दिन पहले बैठने से पहले उन्होंने इमरान खान ने एक लफ्ज़ सुना था मैंने, कहते कश्मीर से फौज हटाओ हिंदुस्तान। तो आप ही सोच लो कि उनके इरादे क्या हैं। ठीक है जी, उनके इरादे तो गलत हैं, चाहे कोई भी बन जाए प्रधानमंत्री वहाँ का, तो उनके इरादे ऐसे ही रहेंगे। बोलते कुछ हैं तो करते कुछ हैं। वो नवजोत सिंह सिद्धू अपने पंजाब तो उत्थे गए हुए ने, की लगता है सही है या गलत है? ये तो ठीक है, चलो अपने उसके लिए गए हुए हैं वो तो ठीक है। हाँ जी, दोस्ती नाते गए हुए हैं, जैसे उनको बुलाया ऐसे चले गए मेहमान के तौर पर। हाँ जी, इस मामले से जी सियासत की जा रही है, बीजेपी विरोध कर रही है कि नवजोत सिंह सिद्धू चले गए ने तो वो गद्दार ने, उन्होंने जरा देश का गद्दार समझा जाएगा, की लगता है कि विरोध जरा किया जा रहा है सही है गलत है? नहीं नहीं नहीं, वो तो चलो उनको बुला मेहमान के तौर पर, गद्दार नहीं है बेचारे। नहीं नहीं, विरोध नहीं करना चाहिए। तो गल चल रही है भारत पाकिस्तान के रिश्तों की, पाकिस्तान नवा प्रधानमंत्री मिल गया है, तो उम्मीद की है लोगों, आम जनता को की उम्मीद है कि पाकिस्तान जड़ियाँ अपन नापाक हरकतों तो बाज आएगा, या फिर पाकिस्तान के जोड़े इरादे ने जोड़े इस तरह जोड़े वो जारी रहेंगे? की नाम है जी? देव शर्मा। देव शर्मा, की लगता है कि पाकिस्तान नवा प्रधानमंत्री मिलने के कुछ नवी सोच पैदा होगी? लगता तो रही है, जो पिछला जो एक्सपीरियंस देखा जाए बहुत ही वर्स्ट एक्सपीरियंस रहा है दोनों कंट्री के बीच जो रिलेशन रहे हैं, तो पिछला एक्सपीरियंस देख के तो बिल्कुल नहीं लगता। बाकी आप गोड़ तो है नहीं कि एक प्रडिक्ट कर ले, कुछ नहीं कहा जा सकता क्योंकि प्रैक्टिकल। उम्मीद है कि लगता है कि इमरान खान जो पहला खिडारी सी बाद चो सियासत आए? बिल्कुल उम्मीद नहीं है, जो जड़े भी उत्थे चलते हैं गलत सिस्टम जो भी है उन्होंने अगर वो कंट्रोल नहीं कर सकते, उन्होंने गलत चीज़ में ही हमेशा सपोर्ट करते हैं पोलिटिकल पार्टीज, तो मैं कभी नहीं लगता कि कुछ चेंजेस आएंगे। हूँ बेशक कमान जी है वो इमरान खान के हाथ च आ गई है, पर तुम्हें लगता है कि नीतियाँ उही रहनी है? डेफिनेटली नीतियाँ वही रहनी है, कोई चेंजेस नहीं आने हैं, क्योंकि वहाँ का सिस्टम ही ऐसा है, वहाँ पे जो भी वहाँ पे गिरोह वगैरह चलते हैं, जो गलत एजुकेशन सिस्टम है वहाँ का, एजुकेशन ही वहाँ पे इस तरह का देते हैं, बच्चे छोटे बच्चे ना दे माइंड ही पहले ही वर्स्ट कर देते हैं, ब्रेन वॉश करने की कोशिश करते हैं। कई कैंपेन जो चल रहे हैं जो गलत तरीके से चल रहे हैं, कई बार आप देखते हैं टीवी कई बार ब्रॉडकास्ट भी होता रहता उधर की, छोटे बच्चे तो जब भी सोचने की उनकी क्षमता बढ़ती है तब से ही उनको गलत राज पा देते हैं उधर के। हाँ जी, हाँ जी, बिल्कुल नहीं है कि बेसिक उनकी नॉलेज स्टार्टिंग तो ही उनका कंट्रोल ही नहीं है उधर, कुछ भी किसी भी एजुकेशन सिस्टम से नहीं है, उधर लिविंग स्टैंडर्ड से नहीं है, तो मैंने तो बिल्कुल नहीं लगता कि कुछ भी चेंजेस। तो नौजवान जेड़े ने गल कर रहे हैं, नौजवानों का पॉइंट ऑफ व्यू ले रहे हैं, तो इन्होंने भी जी है वो बाकी लोगों वाग ही जी रलदी मिलती गल की है कि उम्मीद जी है वो घट ही है कि पाकिस्तान सुधरेगा। की नाम है? अरविंद। अरविंद, नवजोत सिंह सिद्धू अपने पंजाब के कैबिनेट मंत्री जेडे उत्थे सहुं चुक समागम के पहुंचे हुए ने, इमरान खान ने सहुं चुक ली है, की लगता है सिद्धू का जाना कितना क जायज़ है, तो सिद्धू के जाने के नाल कोई फर्क पवेगा? नहीं, फर्क कोई नहीं पेगा। एक्चुअली इमरान खान जिहड़ा हैगा, चाहे कोई भी प्राइम मिनिस्टर उत्थों दा, कंट्रोल जी उन्हों की आर्मी करती है। सो तुसीं कितना मैंटैलिटी चेंज कर लगे, वो रूल तो करेगा पर बैकग्राउंड जी रूलिंग है वो आर्मी की रहेगी उत्थे, तो इन्हें नाल कोई फर्क नहीं पैन वाला। सिंह सिद्धू का जाना तुम्हें की लगता है किन्ने हद तक जायज़ है, सही है? नहीं, जायज़ है, एज ए फ्रेंड जाना चाहिए, एक्चुअली वो क्रिकेटर रहे दोनों। जो उन्होंने नाम से सियासत की जा रही है जो गद्दार किया जा रहा है विरोधियों वालों सिद्धू, वो कि सही है पॉइंट ऑफ व्यू है ना, तुम किस तरीके कि तरीके वेखते हो, तुम एक दोस्ती के तरीके देखो तो जाना ठीक है। जे तुम वेखो कि जो पाकिस्तान वाले कश्मीर कर रहे हैं, पंजाब बॉडर से नशा ड्रग से इधर उधर कर रहे हैं, वह तो फिर इस व्यू ना देखो तो जाना तो चाहिए नहीं किसी को। सो वॉर एंड पीस, अपने अपने डिफरेंट सोचना है की करना है की नहीं करना, बट जाना नहीं चाहिए जब तक रिश्ते सुधर ना। बहुत बहुत शुक्रिया। सो की नाम है? मनजीत। मनजीत, तो की लगता है कि पाकिस्तान इमरान खान जड़ा है वो सुधार पाँगे, या पाकिस्तान का जो रवैया भारत के प्रति वो कुछ बदलेगा, या इसी तरह नापाक हरकत जारी रहनगियाँ? देखो जितों तक उम्मीद लगती है कि घट चांस लगते हैं पाकिस्तान के सुधरन के, क्योंकि वो जी उन्हों की मैंटैलिटी हूँ तक का रिकॉर्ड रहा, वो हर बार असी अपने वाल तो एफर्ट करते हैं सुधारन की, पर जोड़ा रिवर्ट बैक आता वो इस तरह ही आता है, हर बार नैगेटिव ही आता है, वो तुम्हें देखिए पिछली जिनी हिस्टरी अभी किन्नी बार हो चुकी है, घट उम्मीद है इस चीज़ की। करते हैं ये तो पाकिस्तान की गल होगी कि पाकिस्तान जोड़ा है वो नहीं सुधरन वाला, नवजोत सिंह सिद्धू की गल करते हैं, नवजोत सिंह सिद्धू एज अ क्रिकेटर गए ने, एज अ एक दोस्ती निजी सदे पर गए हैं, उन्होंने नाम के उपर सियासत की जा रही है, बीजेपी सब तो वध सियासत कर रही है, तो शायद बीजेपी ये भुल गई है कि प्रधानमंत्री नरेंद्र मोदी भी उत्थे नवाज शरीफ के फंक्शन के जोड़े शिरकत कर पहुंचे से, कितना क सही लगता है बीजेपी का विरोध? देखो विरोध ही कह नहीं सकते, सिद्धू ने अज पेपर च भी मैनशन किया कि वो एक
ਪਰਸਨਲ ਦੋਸਤ ਦੇ ਤੌਰ 'ਤੇ ਗਏ ਹਾਂ ਅਤੇ ਪਰਸ ਦੋਸਤ ਦੇ ਤੌਰ 'ਤੇ ਜਾਣ ਨਾਲ ਕੋਈ ਪੋਲੀਟੀਸ਼ੀਅਨ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ ਮੈਨੂੰ ਲੱਗਦਾ ਨਹੀਂ ਹੋਣੀ ਚਾਹੀਦੀ ਉਹ ਇਹ ਚੀਜ਼ ਉਹਨਾਂ ਨੇ ਮੈਂਸ਼ਨ ਕੀਤੀ ਆ ਕਿ ਮੈਂ ਦੋਸਤ ਦੇ ਤੌਰ 'ਤੇ ਚੱਲਿਆ ਪੈਗਾਮ ਲੈ ਕੇ ਜਾ ਰਹੇ ਹਾਂ ਕੀ ਨਾਮ ਹੈ ਜੀ ਕੁਲਦੀਪ ਕੁਲਦੀਪ ਤੁਹਾਨੂੰ ਕੀ ਲੱਗਦਾ ਹੈ ਕਿ ਪਾਕਿਸਤਾਨ ਦੀ ਕਮਾਨ ਤਾਂ ਇਮਰਾਨ ਖਾਨ ਦੇ ਹੱਥ ਹੈ ਇਮਰਾਨ ਖਾਨ ਨੇ ਹਾਲ ਹੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਾਅਵੇ ਵੀ ਬਹੁਤ ਵੱਡੇ ਵੱਡੇ ਕੀਤੇ ਨੇ ਕਿ ਭਾਰਤ ਦੇ ਨਾਲ ਦੋਸਤੀ ਵਧਾਈ ਜਾਵੇਗੀ ਵਪਾਰ ਵਧਾਇਆ ਜਾਵੇਗਾ ਕੀ ਲੱਗਦਾ ਹੈ ਕਿ ਨਵਾਂ ਪ੍ਰਧਾਨ ਮੰਤਰੀ ਮੇਰੇ ਨਾਲ ਨਵਾਂ ਹੋਵੇਗਾ ਕੁਛ ਅੱਜ ਤੱਕ ਤਾਂ ਕੁਛ ਚੇਂਜ ਹੋਇਆ ਨਹੀਂ ਮੈਡਮ ਪਹਿਲਾਂ ਵੀ ਇੱਦੀ ਹੁੰਦਾ ਰਿਹਾ ਹਰ ਵਾਰ ਕਹਿੰਦੇ ਕੋਈ ਨਾ ਕੁਛ ਚੇਂਜ ਹੋਏਗਾ ਹੋਏਗਾ ਦੋਸਤੀ ਵਧੇਗੀ ਪਰ ਅੱਜ ਤੱਕ ਕੁਛ ਨਹੀਂ ਹੋਇਆ ਮੈਨੂੰ ਲੱਗਦਾ ਇਸ ਵਾਰ ਵੀ ਸ਼ਾਇਦ ਕੁਛ ਨਹੀਂ ਹੋਏਗਾ ਲੱਗਦਾ ਕਿ ਇਮਰਾਨ ਖਾਨ ਜਿਹੜੇ ਆ ਦਾਅਵੇ ਉਹਨਾਂ ਦੇ ਕੁਛ ਹੋਰ ਹੈ ਅਤੇ ਦਾਅਵਿਆਂ ਦੀ ਜ਼ਮੀਨ ਨਹੀਂ ਹਕੀਕਤ ਉਹੀ ਹੋਵੇਗੀ ਜੋ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਦੇ ਸਮੇਂ 'ਚ ਰਹੀ ਹੈ ਐਗਜੈਕਟਲੀ ਉਹੀ ਰਹੇਗੀ ਪਹਿਲਾਂ ਦੀ ਕੋਈ ਬਹੁਤਾ ਫਰਕ ਪਏਗਾ ਨਹੀਂ ਨਵਜੋਤ ਸਿੰਘ ਸਿੱਧੂ ਦੇ ਜਾਣ ਨੂੰ ਲੈ ਕੇ ਉਹਨਾਂ ਦੇ ਦੌਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਤਾਂ ਮੈਡਮ ਪਰਸਨਲੀ ਨਹੀਂ ਗਿਆ ਨਾ ਉਹ ਤੋਂ ਕਿ ਕਿਸੇ ਫਰੈਂਡ ਨੇ ਬੁਲਾਇਆ ਚਲੋ ਚਲੇ ਗਏ ਹਾਂ ਪਰ ਉਸ 'ਤੇ ਪੋਲੀਟੀਸ਼ੀਅਨ ਪੋਲੀਟੀਕਲ ਇਹ ਹੋਣਾ ਨਹੀਂ ਚਾਹੀਦਾ ਹੈਗਾ ਪੰਜਾਬ ਬੋਲਦਾ ਦੇ ਵਿੱਚ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ ਹੁਣ ਤੱਕ ਜਿੰਨੇ ਵੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਸਾਰਿਆਂ ਦੇ ਵੱਲੋਂ ਇਹੀ ਸੁਣਨ ਨੂੰ ਮਿਲਿਆ ਹੈ ਕਿ ਪਾਕਿਸਤਾਨ ਦੀ ਕਮਾਨ ਬੇਸ਼ੱਕ ਕਿਸੇ ਦੇ ਵੀ ਹੱਥ ਵਿੱਚ ਆ ਜਾਵੇ ਪਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਜਿਹੜਾ ਬਾਜ਼ ਨਹੀਂ ਆਉਣ ਵਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਡੀਕੇ ਬੰਸਲ ਬੰਸਲ ਜੀ ਕੀ ਲੱਗਦਾ ਹੈ ਕਿ ਇਮਰਾਨ ਖਾਨ ਨੇ ਕਮਾਨ ਸੰਭਾਲ ਲਈ ਅੱਜ ਪਾਕਿਸਤਾਨ ਦੀ ਅਤੇ ਹੁਣ ਰਿਸ਼ਤੇ ਸੁਖਾਲੇ ਹੋਣਗੇ ਨਹੀਂ ਕੋਈ ਫਰਕ ਨਹੀਂ ਪੈਣਾ ਜੀ ਕੋਈ ਫਰਕ ਨਹੀਂ ਪੈਣਾ ਪਾਕਿਸਤਾਨ 'ਚ ਕੋਈ ਵੀ ਆ ਜਾਵੇ ਕੋਈ ਫਰਕ ਨਹੀਂ ਪੈਣਾ ਕਿਉਂ ਲੱਗਦਾ ਇੱਦਾਂ ਦੋਨੋਂ ਸਰਕਾਰਾਂ ਇੱਕੋ ਜਿਹੀਆਂ ਨਾ ਸਾਡੀ ਸਰਕਾਰ ਚਾਹੁੰਦੀ ਹੈ ਨਾ ਉਹਨਾਂ ਦੀ ਸਰਕਾਰ ਚਾਹੁੰਦੀ ਐਫਰਟਸ ਕਿਸੇ ਵੱਲ ਨਹੀਂ ਹੋਣੀ ਹੈ ਦਿਖਾਵਾ ਕਰਦੇ ਹਾਂ ਸਾਰੇ ਝੂਠੇ ਪੋਲੀਟੀਸ਼ੀਅਨ ਦਾਅਵੇ ਕਰਦੇ ਹੱਥ ਕੋਈ ਨਹੀਂ ਵਧਾ ਕੋਈ ਹੱਥ ਝੂਠੇ ਪੋਲੀਟੀਸ਼ੀਅਨ ਹੈ ਝੂਠ ਹੈ ਕਿਸੇ ਦਾ ਕੋਈ ਦੀਨਵਾਨ ਨਹੀਂ ਕੋਈ ਚਾਹੁੰਦਾ ਹੀ ਨਹੀਂ ਦਿਖਾਵਾ ਕਰਦੇ ਕੋਈ ਫੋਰਨ ਪੋਲਿਸੀ ਪਤਾ ਹੀ ਨਹੀਂ ਫੋਰਨ ਪੋਲਿਸੀ ਕੀ ਹੁੰਦੀ ਹੈ ਕਿਸੇ ਨੂੰ ਇੱਕ ਕ੍ਰਿਕਟ ਖੇਡਣ ਵਾਲਾ ਬੰਦਾ ਪ੍ਰਧਾਨ ਮੰਤਰੀ ਬਣ ਜੇ ਉਹ ਕੀ ਕਰੂਗਾ ਕੀ ਲੱਗਦਾ ਕਿ ਇੱਕ ਖੇਡ ਨਹੀਂ ਹੈ ਦੇਸ਼ ਨੂੰ ਚਲਾਉਣਾ ਜੀ ਦੇਸ਼ ਨੂੰ ਚਲਾਉਣਾ ਖੇਡ ਥੋੜ੍ਹੀ ਹੈ ਇੰਨੇ ਸਾਲ ਉਹਨੂੰ ਹੁਣ ਤੁਹਾਨੂੰ ਵੀ ਪਤਾ ਪਾਕਿਸਤਾਨ ਦਾ ਇਲੈਕਸ਼ਨ ਕਿਹੋ ਜਿਹਾ ਹੁੰਦਾ ਜਿਹੜਾ ਪ੍ਰਧਾਨ ਮੰਤਰੀ ਕਿਵੇਂ ਬਣੇ ਉਹਦੇ ਨਾਲ ਕੀ ਫਰਕ ਪੈ ਜਾ ਨਵਜੋਤ ਸਿੰਘ ਸਿੱਧੂ ਦੇ ਦੌਰੇ ਦੀ ਕਰਦੇ ਹਾਂ ਸਿੱਧੂ ਸਾਹਿਬ ਗਏ ਹੋਏ ਨੇ ਕਿੰਨਾ ਕੁ ਲੱਗਦਾ ਜਾਇਜ਼ ਉਹ ਨਹੀਂ ਸਿੱਧੂ ਸਾਹਿਬ ਤਾਂ ਐਵੇਂ ਵਿਹਲੇ ਆਦਮੀ ਹੈ ਸਿੱਧੂ ਨੂੰ ਬੁਲਾ ਲਿਆ ਸਿੱਧੂ ਚਲੇ ਗਿਆ ਉਹਦੇ ਨਾਲ ਕੀ ਫਰਕ ਪੈਣਾ ਪੰਜਾਬ ਸਰਕਾਰ 'ਤੇ ਬੋਝ ਹੈ ਪਹਿਲਾਂ ਹੀ ਸਿੱਧੂ ਮੰਦੀ ਇੱਕ ਮੰਤਰੀ ਪਾਕਿਸਤਾਨ 'ਚ ਲੱਗਿਆ ਉਹਦੇ ਨਾਲ ਕੀ ਹੋ ਜਾਣੇ ਪਾਕਿਸਤਾਨ ਉਹਨੇ ਪਾਕਿਸਤਾਨ ਸਿੱਧੂ ਨੂੰ ਕੀ ਦੇ ਦੇਣੇ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਜੀ ਇਹਨਾਂ ਦੇ ਵਿਚਾਰ ਜਿਹੜੇ ਨੇ ਉਹ ਬੇਸ਼ੱਕ ਸਭ ਤੋਂ ਥੋੜ੍ਹੇ ਵੱਖਰੇ ਸੀਗੇ ਪਰ ਇੱਕ ਗੱਲ ਇਹਨਾਂ ਨੇ ਬਹੁਤ ਸਹੀ ਕਹੀ ਹੈ ਕਿ ਦੋਵੇਂ ਹੀ ਸਰਕਾਰਾਂ ਦਾ ਬਰਾਬਰ ਦਾ ਯੋਗਦਾਨ ਹੁੰਦਾ ਜਿਸ ਵੀ ਤਰ੍ਹਾਂ ਦੇ ਹਾਲਾਤ ਹੋਣ ਜੇਕਰ ਪਾਕਿਸਤਾਨ ਸਾਡੇ ਵੱਲ ਹੱਥ ਨਹੀਂ ਵਧਾ ਰਿਹਾ ਅਤੇ ਸਾਡੀਆਂ ਸਰਕਾਰਾਂ ਨੇ ਵੀ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਅੱਗੇ ਜਾ ਕੇ ਜਿਹੜਾ ਹੱਥ ਵਧਾਇਆ ਜਾਵੇ ਯਾਨੀ ਕਿ ਜਿਹੜਾ ਰਿਸ਼ਤੇ ਸੁਖਾਲੇ ਕਰਨ ਦੀ ਪਹਿਲ ਜਿਹੜੀ ਹੈ ਉਹ ਕੋਈ ਵੀ ਨਹੀਂ ਕਰਨਾ ਚਾਹੁੰਦਾ ਸਿਰਫ ਇੱਕ ਦੂਜੇ 'ਤੇ ਨਿਸ਼ਾਨੇ ਵਿਨਣ ਦਾ ਜਿਹੜਾ ਕੰਮ ਹੈ ਉਹੀ ਕਰਦੀ ਹੈ ਚਾਹੇ ਉਹ ਪਾਕਿਸਤਾਨ ਹੋਵੇ ਅਤੇ ਚਾਹੇ ਉਹ ਫਿਰ ਭਾਰਤ ਹੋਵੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤਜਿੰਦਰ ਸਿੰਘ ਤਜਿੰਦਰ ਸਿੰਘ ਜੀ ਕੀ ਲੱਗਦਾ ਹੈ ਕਿ ਪਾਕਿਸਤਾਨ ਹੁਣ ਕੁਝ ਸੁਧਰੂਗਾ ਇਮਰਾਨ ਖਾਨ ਦੇ ਆਉਣ ਤੋਂ ਬਾਅਦ ਨਹੀਂ ਕੋਈ ਨਹੀਂ ਸੁਧਰੂਗਾ ਜੀ ਨਹੀਂ ਸੁਧਰੂਗਾ ਦੇਖੋ ਜੀ ਨਾ ਇੰਡੀਆ ਚਾਹੁੰਦਾ ਨਾ ਪਾਕਿਸਤਾਨ ਚਾਹੁੰਦਾ ਸਭ ਤੋਂ ਡੇਂਜਰਸ ਬਾਰਡਰ ਹੈ ਵਰਲਡ ਦੇ ਉੱਤੇ ਇੰਡੀਆ ਪਾਕਿਸਤਾਨ ਦਾ ਸਭ ਤੋਂ ਡੇਂਜਰ ਨੰਬਰ 1 'ਤੇ ਆਉਂਦਾ ਕਦੀ ਵੀ ਤੁਸੀਂ ਡਿਸਕਵਰੀ ਦੇਖ ਲਓ ਜਾਂ ਕਿਸੇ ਕੋਲ ਪੁੱਛ ਲਓ ਡੇਂਜਰਸ ਬਾਰਡਰ ਹੈ ਉਹ ਕਿਉਂ ਡੇਂਜਰਸ ਬਾਰਡਰ ਹੈ ਕਿ ਨਾ ਇਹ ਚਾਹੁੰਦੇ ਨੇ ਕੰਮ ਹੋਵੇ ਨਾ ਪਾਕਿਸਤਾਨ ਵਾਲੇ ਚਾਹੁੰਦੇ ਨੇ ਕੰਮ ਹੋਵੇ ਠੀਕ ਹੈ ਜੀ ਅਤੇ ਜਦ ਤੱਕ ਦੋਨੋਂ ਮੁਲਕ ਆਪਸ 'ਚ ਬੈਠੇ ਲੜਾਈ ਕਿਸ ਚੀਜ਼ ਦੀ ਲੜਾਈ ਕਿਸ ਚੀਜ਼ ਦੀ ਨਹੀਂ ਇਹਨਾਂ ਦੀ ਲੜਾਈ ਧੱਕੇਸ਼ਾਹੀ ਹੈ ਇੱਧਰ ਵੀ ਧੱਕੇਸ਼ਾਹੀ ਹੈ ਉੱਧਰ ਵੀ ਧੱਕੇਸ਼ਾਹੀ ਹੈ ਇਸ ਵਾਸਤੇ ਇਹਨਾਂ ਦੇ ਹਾਲਾਤ ਸੁਧਰਨੇ ਬਹੁਤ ਮੁਸ਼ਕਲ ਨੇ ਬਹੁਤ ਮੁਸ਼ਕਲ ਨੇ ਦੋਨੋਂ ਪਾਸੇ ਲੜਾਈ ਹੈ ਇਹ ਕਸ਼ਮੀਰ ਦਾ ਮੁੱਦਾ ਹੋ ਗਿਆ ਪਾਕਿਸਤਾਨ ਦੀ ਜਦੋਂ ਆਪਸ ਦੇ ਵਿੱਚ ਲੜਾਈ ਹੋ ਗਈ ਇਹ ਸਭ ਕੁਝ ਜਿਹੜਾ ਹੈ ਇੱਕ ਅਜਿਹਾ ਮੁੱਦਾ ਜਿਹੜਾ ਚੋਣਾਂ ਤੋਂ ਪਹਿਲਾਂ ਯਾਦ ਆ ਜਾਂਦਾ ਨਹੀਂ ਨਹੀਂ ਚੋਣਾਂ ਤਾਂ ਇੱਕ ਚੋਣਾਂ ਲੜਨ ਦਾ ਚਾਹੇ ਇੰਡੀਆ ਚਾਹੇ ਪਾਕਿਸਤਾਨ ਹੈ ਇਹਨਾਂ ਨੇ ਇੱਕ ਮੁੱਦੇ ਬਣਾਏ ਜਿਵੇਂ ਰਾਮ ਮੰਦਿਰ ਦਾ ਮੁੱਦਾ ਹੋ ਗਿਆ ਉੱਧਰ ਜੀ ਜੰਮੂ ਕਸ਼ਮੀਰ ਦਾ ਮੁੱਦਾ ਹੋ ਗਿਆ ਇਹ ਮੁੱਦੇ ਇਲੈਕਸ਼ਨ ਜਿੱਤਣ ਵਾਸਤੇ ਨੇ ਪਰਟੀਕੁਲਰ ਇਹਨਾਂ ਦੇ ਕੋਈ ਮੁੱਦੇ ਨਹੀਂ ਮੰਦਿਰ ਬਣਾਉਣਾ ਕੋਈ ਮੁੱਦਾ ਨਹੀਂ ਜਾਂ ਕਸ਼ਮੀਰ ਦਾ ਮਸਲਾ ਕੋਈ ਮੁੱਦਾ ਨਹੀਂ ਸਭ ਕੁਛ ਹੱਲ ਸਕਦਾ ਔਨ ਟੇਬਲ ਹੱਲ ਹੋ ਸਕਦਾ ਐਸੀ ਕੋਈ ਗੱਲ ਨਹੀਂ ਹੈਗੀ ਬਟ ਨਾ ਅੰਡਰ ਪ੍ਰੈਸ਼ਰ ਕੰਮ ਕਰਦੇ ਨੇ ਚਾਹੇ ਉਹ ਮੋਦੀ ਹੈ ਚਾਹੇ ਇਮਰਾਨ ਖਾਨ ਹੈ ਅੰਡਰ ਪ੍ਰੈਸ਼ਰ ਇਹਨਾਂ ਨੂੰ ਆਪਣੇ ਆਪ 'ਚ ਕੁਛ ਪਤਾ ਨਹੀਂ ਇਹਨਾਂ ਦੀ ਗੌਰਮੈਂਟ ਜਿਹੜੀ ਆਈ ਐਸ ਅਫਸਰ ਚਲਾ ਰਹੇ ਨੇ ਜੋ ਕਹਿੰਦੇ ਨੇ ਉਹ ਇਹ ਕਰ ਦਿੰਦੇ ਨੇ ਆਪਣੇ ਆਪ ਕੋਈ ਇਹ ਦਿਮਾਗ ਨਹੀਂ ਲੜਾਉਂਦੇ ਨਾ ਇਹ ਬਹਿਣ ਦੀ ਕੋਸ਼ਿਸ਼ ਕਰਦੇ ਨੇ ਜੇ ਕੋਈ ਇੱਕ ਅੱਧੇ ਪ੍ਰਾਈਮ ਮਿਨਿਸਟਰ ਨੇ ਬਹਿਣ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਨੇ ਹੱਥ ਨਹੀਂ ਵਟਾਇਆ ਜਿਹਦੇ ਕਰਕੇ ਅਗਲੇ ਨੂੰ ਦੂਜੇ ਨੂੰ ਵੀ ਉਹ ਨੈਗੇਟਿਵ ਵਾਲੇ ਪਾਸੇ ਤੁਰ ਪਗਲਾ ਕਹਿੰਦਾ ਜੀ ਇਹ ਨਹੀਂ ਮੰਨਦੇ ਅਸੀਂ ਵੀ ਨਹੀਂ ਮੰਨਦੇ ਵੈਸੇ ਪੰਜਾਬੀ 'ਚ ਕਹਾਵਤ ਹੈ ਕਿ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਰੂੜੀ ਵੀ ਉਦੋਂ ਚੱਕੀ ਜਾਂਦੀ ਹੈ ਪਰ ਇਹ ਰੂੜੀ ਤੋਂ ਵੀ ਉੱਤੇ ਟੱਪ ਗਏ ਨੇ ਦੋਨੋਂ ਮੁਲਕ
ਅੱਜ ਜੋ ਟਾਈਮ ਚੱਲ ਰਿਹਾ 70-72 ਸਾਲਾਂ ਦੇ ਉੱਤਰ ਅੱਜ ਤੱਕ ਇਹ ਉਹ ਵੀ ਫੋਰਸ ਵਧਾ ਰਿਹਾ, ਇਹ ਵੀ ਫੋਰਸ ਵਧਾ ਰਹੇ ਨੇ, ਸਿਰਫ ਇਹਨਾਂ ਦਾ ਇਹੀ ਬਾਰਡਰ ਡੇਂਜਰਸ ਹੈ, ਬਾਕੀ ਕਿਸੇ ਪਾਸੇ ਕੋਈ ਚਿੰਤਾ ਨਹੀਂ, ਕੋਈ ਕਿਤੇ ਖਰਚਾ ਨਹੀਂ ਇਹਨਾਂ ਦਾ, ਇਹੀ ਦੋਨੋਂ ਮੁਲਕ ਨੇ ਜਿਹੜੇ ਆਪਸ 'ਚ ਉਹਦੀ ਬਰਬਾਦੀ ਦਾ ਖੂਹ ਆਪ ਹੀ ਖੱਟੀ ਜਾਂਦੇ ਨੇ, ਔਰ ਇੱਕ ਦਿਨ ਐਸਾ ਆਏਗਾ ਇਹ ਮੁਲਕ ਦੁਬਾਰਾ ਗੁਲਾਮ ਹੋਏਗਾ, ਜੋ ਹਾਲਾਤ ਬਣ ਰਹੇ ਪਏ ਨੇ ਇਸ ਟਾਈਮ। ਸੋ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਲੱਗਦਾ ਹੈ ਉਹਨਾਂ ਨੂੰ ਕਿ ਇਮਰਾਨ ਖਾਨ ਦੇ ਕਮਾਨ ਸੰਭਾਲਣ ਤੋਂ ਬਾਅਦ ਵੀ ਪਾਕਿਸਤਾਨ ਦਾ ਰਵੱਈਆ ਜਿਹੜਾ ਭਾਰਤ ਨੂੰ ਲੈ ਕੇ ਉਹ ਬਦਲੇਗਾ ਜਾਂ ਨਹੀਂ। ਕੀ ਨਾਮ ਹੈ ਜੀ? ਮੇਰਾ ਨਾਮ ਜੀ ਮਨਪ੍ਰੀਤ ਹੈ। ਮਨਪ੍ਰੀਤ, ਕੀ ਲੱਗਦਾ ਹੈ ਕਿ ਪਾਕਿਸਤਾਨ ਦੀ ਕਮਾਨ ਹੁਣ ਆ ਗਈ ਹੈ ਕਿ ਨਵੇਂ ਬੰਦੇ ਦੇ ਹੱਥ, ਇਮਰਾਨ ਖਾਨ ਦੇ ਹੱਥ? ਕੀ ਲੱਗਦਾ ਕਿ ਇਮਰਾਨ ਖਾਨ ਦਾ ਰਵੱਈਆ ਹੁਣ ਭਾਰਤ ਨੂੰ ਲੈ ਕੇ ਚੇਂਜ ਹੋਵੇਗਾ ਜਾਂ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਆਵੇਗਾ? ਨਹੀਂ ਜੀ, ਬਿਲਕੁਲ ਨਹੀਂ ਆ ਸਕਦਾ, ਕਿਉਂਕਿ ਉਹਨਾਂ ਦੇ ਕੋਲ ਜਿਹੜਾ ਤੁਸੀਂ ਪਿਛਲੀ ਉਹਨਾਂ ਦਾ ਪੋਲੀਟੀਕਲ ਬੈਕਗਰਾਉਂਡ ਦੇਖੋਗੇ ਨਾ, ਜਿੰਨੇ ਵੀ ਆਏ ਆ, ਕਦੀ ਤਾਂ ਉੱਥੇ ਨਵਾਜ਼ ਸ਼ਰੀਫ ਆ ਗਏ ਨੇ, ਉਸ ਤੋਂ ਪਹਿਲਾਂ ਜਿਹੜੇ ਦੂਸਰੇ ਆ ਗਏ ਨੇ, ਉਹ ਆਪਸ ਦੇ ਵਿੱਚ ਕਦੀ ਉਹਨੂੰ ਉਹ ਵੋਟੀ ਸੁੱਟ ਰਿਹਾ ਵੀ ਤੂੰ ਬਣ ਜਾਓ, ਕਹਿੰਦਾ ਪਹਿਲਾਂ ਨਵਾਜ਼ ਸ਼ਰੀਫ ਨੂੰ ਕੱਢਿਆ ਸੀ, ਉਹ ਵਾਪਸ ਕਿਸੇ ਨਾ ਕਿਸੇ ਤਰੀਕੇ ਆਵਾਮ ਨੂੰ ਗੁੰਮਰਾਹ ਕਰਕੇ ਫਿਰ ਜਿਹੜਾ ਉਹਦੇ ਵਿੱਚ ਦਾਖਲ ਹੋਇਆ। ਹੁਣ ਕਿ ਉਹਨਾਂ ਕੋਲ ਮੇਨ ਗੱਲ ਪੈਸਾ ਨਹੀਂ ਹੈਗਾ, ਹੈਂ, ਪਹਿਲਾਂ ਅਮੈਰੀਕਾ ਉਹਨਾਂ ਨੂੰ ਪੈਸਾ ਦਿੰਦਾ ਸੀ ਵੀ ਥੋੜ੍ਹਾ ਤੁਸੀਂ ਭੜਕਾਓ ਅਤੇ ਇਸ ਤਰੀਕੇ ਕੰਮ ਜਿਹੜਾ ਚੱਲਦਾ ਰਹਿੰਦਾ ਸੀ। ਹੁਣ ਤੁਸੀਂ ਪਿੱਛੇ ਨਿਊਜ਼ ਦੇਖਿਆ ਹੋਣਾ, ਅਮੈਰੀਕਾ ਨੇ ਪੈਸਾ ਦੇਣਾ ਉਹਨਾਂ ਨੂੰ ਬੰਦ ਕਰਤਾ, ਜਿਹੜੀ ਫਾਈਨੈਂਸ਼ਲੀ ਏਡ ਦੇ ਉਹਨਾਂ ਨੂੰ ਦਿੰਦੇ ਸੀ ਉਹ ਪੈਸਾ ਨਹੀਂ ਦਿੱਤਾ ਉਹਨਾਂ ਨੂੰ, ਐਤਕਿ ਉਹਨੇ ਘਟਾ ਕੇ 80-20% ਕਰਤਾ ਸਾਰੇ, ਤੁਸੀਂ ਵੀ ਜਾਣਦੇ ਹੋ ਸਾਰੇ। ਹੁਣ ਕਿ ਉਹਨਾਂ ਨੂੰ ਜਿਹੜਾ ਪੈਸਾ ਹੀ ਨਹੀਂ ਹੈਗਾ ਕੋਲ, ਅਤੇ ਉਹ ਕੀ ਕਰਨਗੇ? ਕੁਛ ਵੀ ਨਹੀਂ। ਜੇ ਤੁਸੀਂ ਹਾਲਾਤ ਸੁਧਰਨ ਦੀ ਗੱਲ ਹੈ, ਸਭ ਤੋਂ ਜਿਹਦੇ ਕੋਲ ਫਾਈਨੈਂਸ਼ਲੀ ਨਹੀਂ ਹੈਗਾ ਕੁਛ, ਫਾਈਨੈਂਸ਼ਲੀ ਉਹਨਾਂ ਦਾ ਅੱਛਾ ਨਹੀਂ ਗਿਆ, ਕੋਈ ਉਹਨਾਂ ਕੋਲ ਇੰਡਸਟਰੀ ਅੱਛੀ ਨਹੀਂ ਗਈ, ਕੁਛ ਵੀ ਉਹਨਾਂ ਕੋਲ, ਸਾਰਾ ਕੁਛ ਉਹ ਬਾਹਰੋਂ ਲੈ ਰਹੇ ਆ, ਤਾਂ ਅੱਜ ਤੱਕ ਉਹਨਾਂ ਨੇ ਸੋਚਿਆ ਨਹੀਂ ਵੀ ਅਸੀਂ ਇੱਥੇ ਕੋਈ ਸਟੈਬਲਿਸ਼ ਕਰ ਲਈਏ। ਜੇ ਸਟੈਬਲਿਸ਼ ਨਹੀਂ ਹੈਗਾ ਤਾਂ ਕਿੱਥੋਂ ਦੇਸ਼, ਕਿੱਥੋਂ ਤਰੱਕੀ ਕਰੇਗਾ? ਕਰ ਹੀ ਨਹੀਂ ਸਕਦਾ। ਸੰਬੰਧਾਂ ਦੀ ਕਰਦੇ ਹਾਂ, ਇਹ ਸੰਬੰਧ ਜਿਹੜੇ ਨੇ ਉਹ ਸੁਖਾਲੇ ਹੋਣ ਦੇ ਲਈ ਇਮਰਾਨ ਖਾਨ ਵੱਲੋਂ ਦਾਅਵੇ ਕੀਤੇ ਗਏ ਕਿ ਅਸੀਂ ਭਾਰਤ ਦੇ ਨਾਲ ਦੋਸਤੀ ਵਧਾਵਾਂਗੇ। ਨਵਜੋਤ ਸਿੰਘ ਸਿੱਧੂ ਉਹਨਾਂ ਦੇ ਉੱਥੇ ਪਹੁੰਚੇ ਹੋਏ ਸੀਗੇ ਸਹੁੰ ਚੁੱਕ ਸਮਾਗਮ ਦੇ ਵਿੱਚ, ਕੀ ਲੱਗਦਾ ਹੈ? ਉਹ ਤਾਂ ਜੀ ਪੋਲੀਟੀਕਲ ਸਟੰਟ ਹੈ, ਜੋ ਮਰਜ਼ੀ ਕਰਨ, ਕਦੀ ਅੱਜ ਤੱਕ ਆਵਾਜ਼ ਉਹ ਤਾਂ ਪਹਿਲਾਂ ਦੇਖੋ ਉੱਥੇ ਹੱਥ ਮਿਲਾ ਲੈਂਦੇ, ਮਗਰੋਂ ਆ ਕੇ ਫਿਰ ਤੁਸੀਂ ਦੇਖਦੇ ਹੋ ਹੱਦ ਸਰਹੱਦਾਂ 'ਤੇ, ਹੱਦਾਂ 'ਤੇ ਕੀ ਹੁੰਦਾ ਅੰਮ੍ਰਿਤਸਰ, ਹਾਂ ਪਿੱਛ ਪਿੱਛੇ ਅੰਮ੍ਰਿਤਸਰ ਦੀ ਬੈਲਟ ਦੇਖ ਲਓ, ਕਿੰਨਾ ਨਸ਼ਾ ਉੱਧਰੋਂ ਇੱਧਰੋਂ ਆ ਰਿਹਾ, ਕਿੰਨੀ ਕਰੰਸੀ ਉੱਧਰੋਂ ਆ ਰਹੀ ਹੈ, ਬਹੁਤ ਕੁਛ ਇਵੇਂ ਦਾ ਸਮੈਕ ਦੇਖੋ, ਸਾਰਾ ਨਸ਼ਾ, ਕਿਉਂਕਿ ਬਾਰਡਰ ਏਰੀਏ ਤੋਂ ਆ ਰਿਹਾ। ਦੂਜੇ ਬੰਨੇ ਕਹਿ ਰਹੇ ਵੀ ਅਸੀਂ ਇਵੇਂ ਦਾ ਕੁਛ ਨਹੀਂ ਕਰਾਂਗੇ, ਹੈਂ, ਕਿੰਨੇ ਪਿਛਲੇ ਦੌਰ ਦੇ ਵੇਖੋ ਕਿੰਨੇ ਪੋਲੀਟਿਕ ਜਿਹੜੇ ਆ ਖਾੜਕੂਵਾਦ ਜਿਹੜਾ ਹੈ ਉਹਨਾਂ ਨੇ ਬੜਾਵਾ ਦਿੱਤਾ ਉੱਧਰੋਂ ਆਉਣ ਦਾ, ਇਸ ਤਰ੍ਹਾਂ ਆਉਣ ਦਾ ਜਿਹੜਾ ਹੈ ਨਾ ਉੱਧਰੋਂ, ਜੇ ਤੁਸੀਂ ਕਹੋਗੇ ਵੀ ਤੁਸੀਂ ਉਹਨਾਂ ਦੇ ਤਰੀਕੇ ਉਹ ਸੈਟਿੰਗ ਆ ਜੂਗੀ, ਬਿਲਕੁਲ ਵੀ ਨਹੀਂ, ਕੁਛ ਵੀ ਨਹੀਂ ਆ ਸਕਦਾ। ਇਹ ਤਾਂ ਬਸ ਆਪਾਂ ਨੂੰ ਦਿਖਾਉਣ ਵਾਸਤੇ ਹੈ ਸਾਰਾ ਕੁਛ, ਕਿਉਂਕਿ ਦਿਖਾਉਣ ਨਹੀਂ ਜੋ ਅਮੈਰੀਕਾ ਨੂੰ ਪਾਗਲ ਬਣਾ ਸਕਦੇ, ਇੰਡੀਆ ਦੀ ਚੀਜ਼ ਹੀ ਕੀ? ਬਹੁਤ ਬਹੁਤ ਸ਼ੁਕਰੀਆ। ਸੋ ਕੀ ਨਾਮ ਹੈ ਜੀ? ਗੁਰਦੇਵ ਸਿੰਘ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਪਾਕਿਸਤਾਨ ਦੀ ਕਮਾਨ ਬੇਸ਼ੱਕ ਆ ਗਈ ਇਮਰਾਨ ਖਾਨ ਦੇ ਹੱਥ, ਹੁਣ ਬਦਲੂਗਾ ਪਾਕਿਸਤਾਨ? ਨਹੀਂ, ਕੁਛ ਨਹੀਂ ਕਹਿ ਸਕਦੇ, ਬਦਲਣ ਨਾ ਬਦਲੇ ਇਹ ਬਦਲ ਨਹੀਂ ਸਕਦਾ, ਬਸ ਲੱਗਦਾ ਸ਼ੁਰੂ ਤੋਂ ਇਹਨਾਂ ਦੀਆਂ ਹਰਕਤਾਂ ਹੀ ਇੱਦਾਂ ਰਹੀਆਂ, ਸ਼ੁਰੂ ਤੋਂ ਬਦਲ ਨਹੀਂ ਸਕਦੇ, ਜਿੰਨੀਆਂ ਮਰਜ਼ੀ ਸਰਕਾਰਾਂ ਆ ਜਾਣ ਚਲੀਆਂ ਜਾਣ ਅਤੇ ਇਹ ਇਸ ਤਰ੍ਹਾਂ ਹੀ ਰਹਿਣਗੇ। ਹਾਂਜੀ ਹਾਂਜੀ। ਨਵਜੋਤ ਸਿੰਘ ਸਿੱਧੂ ਦੇ ਦੌਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇੱਕ ਖਿਡਾਰੀ ਵਜੋਂ ਉਹਨਾਂ ਨੂੰ ਸੱਦਾ ਮਿਲਿਆ ਸੀ, ਦੋਸਤ ਵਜੋਂ ਸੱਦਾ ਮਿਲਿਆ ਸੀ, ਉਹਨਾਂ ਦਾ ਜਾਣਾ ਸਹੀ ਹੈ ਜਾਂ ਗਲਤ? ਠੀਕ ਹੈ, ਇਹ ਤਾਂ ਪ੍ਰੈਕਟੀਕਲ ਜਿਹੜੇ ਬੰਦੇ ਆਉਂਦੇ ਜਾਂਦੇ ਰਹਿੰਦੇ ਨੇ ਉੱਧਰ, ਅਤੇ ਜਿੱਦਾਂ ਵੀ ਮਿਲਿਆ, ਚਾਹੇ ਇਹਨਾਂ ਨੂੰ ਖਿਡਾਰੀ ਵੱਲੋਂ ਮਿਲਿਆ ਚਾਹੇ ਉੱਦਾਂ ਮਿਲਿਆ, ਅਤੇ ਜਾਣਾ ਤਾਂ ਚਾਹੀਦਾ ਇਹਨਾਂ ਨੂੰ। ਬਿਲਕੁਲ ਜੀ, ਜਦੋਂ ਨਵਜੋਤ ਸਿੰਘ ਸਿੱਧੂ ਦੇ ਦੌਰੇ ਦੀ ਗੱਲ ਆ ਰਹੀ ਹੈ ਤਾਂ ਕੋਈ ਵੀ ਅਜਿਹਾ ਵਿਅਕਤੀ ਸਾਨੂੰ ਨਹੀਂ ਨਜ਼ਰ ਆਇਆ ਜਿਹਨੇ ਸਿੱਧੂ ਦੇ ਦੌਰੇ ਨੂੰ ਜਿਹੜਾ ਗਲਤ ਦੱਸਿਆ ਹੋਵੇ, ਪਰ ਜਦੋਂ ਵੀ ਪਾਕਿਸਤਾਨ ਦੀ ਗੱਲ ਆਈ ਹੈ, ਜਦੋਂ ਵੀ ਰਿਸ਼ਤਿਆਂ ਦੀ ਗੱਲ ਆਈ ਹੈ, ਪਾਕਿਸਤਾਨ ਦੇ ਸੰਬੰਧਾਂ ਨੂੰ ਸੁਧਾਰਨ ਦੀ ਗੱਲ ਆਈ ਹੈ, ਹਰ ਕਿਸੇ ਨੇ ਇਹੀ ਗੱਲ ਕਹੀ ਹੈ ਕਿ ਬੇਸ਼ੱਕ ਪਾਕਿਸਤਾਨ ਦੀ ਕਮਾਨ ਕਿਸੇ ਦੇ ਵੀ ਹੱਥ ਵਿੱਚ ਆ ਜਾਵੇ, ਪਾਕਿਸਤਾਨ ਜਿਹੜਾ ਹੈ ਉਹ ਆਪਣੇ ਇਰਾਦੇ ਨਹੀਂ ਬਦਲਣ ਵਾਲਾ, ਪਾਕਿਸਤਾਨ ਦੀਆਂ ਜਿਹੜੀਆਂ ਸ਼ੁਰੂ ਤੋਂ ਜੋ ਨੀਤੀਆਂ ਰਹੀਆਂ ਨੇ ਭਾਰਤ ਵਿਰੋਧੀ, ਉਹਨਾਂ ਨੂੰ ਪਾਕਿਸਤਾਨ ਕਦੇ ਵੀ ਬਦਲਣ ਨਹੀਂ ਵਾਲਾ, ਚਾਹੇ ਇਮਰਾਨ ਖਾਨ ਆ ਜਾਣ ਜਾਂ ਫਿਰ ਉਹ ਨਵਾਜ਼ ਸ਼ਰੀਫ ਹੋਣ ਜਾਂ ਫਿਰ ਹੋਰ ਕੋਈ ਵੀ ਹੋਵੇ। ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਲਈ। ਤਦ ਤੱਕ ਲਈ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।